ਬਚਪਨ ਤੋਂ ਹੀ ਕੁੜੀ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਜ਼ਰੂਰ ਬਨਣਾ ਸਿਖਾਓ ਤਾਂ ਕਿ ਉਹ ਖੁਦ ਦੇ ਲਈ ਧਨਾੜ ਨਾ ਲੱਭੇ ਜੋ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ ਸਗੋਂ ਇੱਕ ਸਾਥੀ ਲੱਭੇ ਜਿਸ ਨਾਲ ਮਿਲ ਕੇ ਉਹ ਘਰ ਦੀ ਆਰਥਿਕਤਾ ਸੰਭਾਲੇ ਤੇ ਮੁੰਡੇ ਨੂੰ ਘਰ ਦੇ ਕੰਮ ਜ਼ਰੂਰ ਸਿਖਾਓ ਤਾਂ ਕਿ ਉਹ ਉਸ ਦੇ ਸਾਰੇ ਕੰਮ ਕਰਨ ਵਾਲੀ ਦਾਸੀ ਨਾ ਲੱਭੇ ਸਗੋਂ ਇੱਕ ਸਾਥੀ ਲੱਭੇ ਜਿਸ ਨਾਲ ਮਿਲ ਕੇ ਉਹ ਘਰ ਦੇ ਕੰਮ ਸੰਭਾਲੇ ਇਸ ਸੋਚ ਨਾਲ ਦੇਸ਼ ਤੇ ਸਮਾਜ ਦੀ ਤਰੱਕੀ ਲਾਜ਼ਮੀ ਹੈ ਇਹ ਲਾਈਨਾਂ ਮੇਰੀ ਇਸ ਕਿਤਾਬ ਦੀਆਂ ਹਨ ਜਿਹਦੀ ਫੋਟੋ ਤੁਹਾਨੂੰ ਡਿਸਪਲੇ ਤੇ ਸ਼ੋਅ ਹੋ ਰਹੀ ਹੈ ਜਜ਼ਬੇ ਦਾ ਕਤਲ ਇਹ ਕਿਤਾਬ ਮੈਂ ਹਾਲ ਹੀ ਲਿਖੀ ਹੈ ਇਸ ਕਿਤਾਬ ਦੇ ਵਿੱਚ ਮੈਂ ਕਈ ਸੋਸ਼ਲ ਮੁੱਦਿਆਂ ਦਾ ਜ਼ਿਕਰ ਛੇੜਿਆ ਹੈ ਜਿਵੇਂ ਕਿ ਸਾਡੇ ਘਰ ਵਿੱਚ ਧੀਆਂ ਤੇ ਮੁੰਡਿਆਂ ਨਾਲ ਕਈ ਤਰ੍ਹਾਂ ਦੇ ਵਿੱਚ ਪੱਖਪਾਤ ਹੁੰਦਾ ਹੈ ਉਸ ਉੱਤੇ ਇਸ ਤੇ ਕਾਫੀ ਸਾਰੇ ਤੁਹਾਨੂੰ ਆਰਟੀਕਲਸ ਮਿਲਣਗੇ ਇਹਨਾਂ ਆਰਟੀਕਲਸ ਨੂੰ ਤੁਸੀਂ ਪੜ੍ਹ ਸਕਦੇ ਹੋ ਇਸ ਕਿਤਾਬ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਬਹੁਤ ਹੀ ਛੋਟੀ ਜੀ ਕਿਤਾਬ ਹੈ ਹਰ ਕੋਈ ਪੰਜਾਬੀ ਇਸ ਕਿਤਾਬ ਨੂੰ ਪੜ੍ਹ ਸਕਦਾ ਹੈ ਟਰੈਵਲ ਫ੍ਰੈਂਡਲੀ ਕਿਤਾਬ ਹੈ ਮੇਰੀ ਇਸ ਤੋਂ ਪਹਿਲਾਂ ਜਿਹੜੀਆਂ ਕਿਤਾਬਾਂ ਨੇ ਅਕਾਡੈਮਿਕ ਬੁక్స్ ਨੇ ਇੰਗਲਿਸ਼ ਵਿੱਚ ਨੇ ਇਹ ਪਹਿਲੀ ਕਿਤਾਬ ਜਿਹੜੀ ਮੇਰੀ ਪੰਜਾਬੀ ਦੇ ਵਿੱਚ ਆਈ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਪੰਜਾਬ ਦੇ ਘਰ-ਘਰ ਦੇ ਵਿੱਚ ਕਿਤਾਬ ਪਹੁੰਚੇਗੀ ਤੇ ਤੁਸੀਂ ਸਾਰੇ ਇਸ ਨੂੰ ਕਾਫੀ ਪਿਆਰ ਦੇਵੋਗੇ ਤੇ ਇਸ ਦੇ ਵਿੱਚ ਦਿੱਤੇ ਗਏ ਆਰਟੀਕਲਸ ਨੂੰ ਪੜ੍ਹ ਕੇ ਬਹੁਤ ਸਾਰੇ ਪੰਜਾਬੀਆਂ ਦੀ ਸੋਚ ਬਦਲੇਗੀ ਜਿਸ ਦੇ ਨਾਲ ਸਾਡਾ ਸਮਾਜ ਤੇ ਸਾਡਾ ਦੇਸ਼ ਵੀ ਬਾਹਰਲੇ ਮੁਲਕਾਂ ਜਿੰਨੀ ਤਰੱਕੀ ਕਰ ਸਕੇਗਾ ਧੰਨਵਾਦ ਡਿਸਕ੍ਰਿਪਸ਼ਨ ਜਿਹਦੇ ਦਿੱਤੇ ਗਏ ਲਿੰਕ ਤੋਂ ਤੁਸੀਂ ਇਹ ਕਿਤਾਬ ਮੰਗਵਾ ਸਕਦੇ ਹੋ ਦੂਜਿਆਂ ਦੇ ਨਾਲ ਵੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ